नमस्कार बलदेव जी। नमस्कार अंकल जी। नमस्कार सत्या जी। मैं क्या के चलो देव ग्रीन लैंड ते चलते हैं। नर्सरी दे विच बहुत नवी नवी चीजा सुनिया आईया ने जी जी जी। खाने में भी वही टेस्ट होगा ना। बहुत ज्यादा टेस्टी जी। और बिलकुल 6 इंच तक लंबा होता जी। ये तो देखो फ्रूट ऊपर भी आ रहा है। फ्रूटिंग हो रही है जी जी। हर एक चीज लेटेस्ट चीजा मिल गया। गोल वाला अपना ये बॉल जी क्रिकेट बॉल वाला पहले वाला जी, जी, बॉल वाला ये अमरूद लगा हुआ है। हां जी हां जी। ताइवान पिंक है जी। ताइवान पिंक अंजीर ऊपर भी खावांगा पर टेबल ते लात आज सारा सामान जी। क्योंकि नर्सरी में ना वीडियो लंबी होती है। फिर ये जो है ये देखो जी ये रेड चिल्ली अमरूद है जी। बिल्कुल अनार दी तरह होता है। अनार जैसा और मीठा बहुत है जी। सेब जैसा जी 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 पूरा मीठा। वेरी गुड। ये नारियल जी। ये इट इज ए नारियल। हां जी हां जी। कोकोनट। और अपने आ देखो काम जावे पूरा एदिया आ ऊपर आ रही है। हां निकल रहा है। निकल रहा है देखो। और ये बूटा दे जी। ये चिट्टी जामुन है जी। सफेद जामुन जी जी। आज तक देखा ही नहीं मैंने तो। नहीं जी इन्हें चिट्टी जामुन आऊगी। अच्छा हां जी हां जी। ये किस देश का बूटा है सफेद जामुन का? इतना तैयार किया जी अपने कलकत्ते वाले ने। हां जी हां जी ठीक है। अच्छा ये आपका वो कटर जी जी। अच्छा है। और ये बूटा कौन सा है जी? ये अखरोट है जी। अखरोट। अखरोट जी जी। अखरोट ठीक है। और ये वाला ये एवोकाडो जिसे मक्खन फल कहते हैं जी। एवोकाडो जी जी। हाँ जी। यस यस एवोकाडो वेरी गुड। ये लंबे अंगूरों वाले वाले जी। जिन्ने फ्रूट वाले बूटे 100 रुपए तो शुरू होने बाकी क्वालिटी अंजीर है जी ਜਿਹੜੀ ਸੇਤ ਦੇ ਵਾਸਤੇ ਬਹੁਤ ਅੱਛੀ ਇਹਦੇ ਪਿੱਛੇ ਅੰਡਾ ਜੀ ਆ ਦਿਖਾਓ ਕੰਦੀ ਹੈ ਇਹ ਅੰਜੀਰ ਆਣੇ ਲੱਗੇ ਹੋਏ ਨੇ ਹਾਂਜੀ ਹਾਂਜੀ ਆ ਪੱਤੇ ਆ ਰਹੇ ਜੀ ਹੁਣ ਇਹਦੇ ਵਿੱਚ ਪਹਿਲੇ ਅਸੀਂ ਨਾ ਖਾਲਿਆਂ ਤੋਂ ਅੰਜੀਰਾਂ ਤੋੜ ਤੋੜ ਕੇ ਖਾਇਆ ਕਰਦੇ ਸੀ ਉਹ ਹੀ ਅੰਜੀਰ ਉਹ ਜਿਹੜੀ ਅਫਗਾਨੀ ਸੀ ਕਿਹਾ ਜੀ ਯੈਸ ਅਫਗਾਨੀ ਆਸਟ੍ਰੇਲੀਅਨ ਜੀ ਜੀ ਔਰ ਇਹ ਇਟਾਲੀਅਨ ਗੋਲਡ ਹੈ ਇਟਾਲੀਅਨ ਗੋਲਡ ਇਹ ਹੁਣ ਤੁਸੀਂ ਪਛਾਣੋਗੇ ਕੀ ਇਹ ਬਹੁਤ ਮਸ਼ਹੂਰ ਹੋਇਆ ਸੀ ਫਾਲ ਇਹ ਆਪਣੇ ਆ ਦਿਖਾਓ ਕਰਕੇ ਨੇੜੋਂ ਇਹ ਲੱਗ ਰਿਹਾ ਹੈ ਇਹ ਆ ਲੱਗ ਰਿਹਾ ਫਰੂਟ ਇਹਨੂੰ ਇਹ ਆਪਣੇ ਕੈਪਟਨ ਸਾਹਿਬ ਨੇ ਰੂਸਾ ਜੀ ਖਾਂਦੇ ਆ ਸੀਤਾਫਲ ਸੀਤਾਫਲ ਵੈਰੀ ਗੁੱਡ ਵੈਰੀ ਗੁੱਡ ਹਾਂ ਜੀ ਅੱਛਾ ਨਹੀਂ ਆਪਾਂ ਤੇ ਉਹ ਖੈਰ ਨਹੀਂ ਖਾਵਾਂਗੇ ਤੇ ਇਹ ਹੈ ਜੀ ਲਾ ਰੈੱਡ ਚੰਦਨ ਚੰਦਨ ਜਿਹੜਾ ਕਰੋੜਾਂ ਰੁਪਏ ਦਾ ਆ ਰਹੀ ਹੈ ਸਮੈਲ ਜੀ ਬਹੁਤ ਆ ਰਹੀ ਹੈ ਹਾਂ ਹਾਂ ਫ੍ਰੈਗਨੈਂਸ ਬਹੁਤ ਅੱਛੀ ਹੈ ਇਸ ਕੀ ਇਹ ਰੈੱਡ ਚੰਦਨ ਹੈ ਜੀ ਔਰ ਇਹ ਹੋ ਗਈ ਆਪਕੀ ਜਵੈਣ ਇਹ ਜਵੈਣ ਹੈ ਜੀ ਇਹ ਮੈਡੀਸਨ ਪਲਾਂਟ ਜਾ ਕੇ ਜਵੈਣ ਹੋ ਗਈ ਔਰ ਇੱਕ ਆਪਣੇ ਇਹ ਪਲਾਂਟ ਸਜਾਵਟੀ ਅੱਜ ਆਪਾਂ ਵੈਸੇ ਨਹੀਂ ਕਰਾਂਗੇ ਸੋ ਤੁਸੀਂ ਕਿਹਾ ਸੀ ਵੀ ਇਹ ਮੈਨੂੰ ਬਹੁਤ ਪਸੰਦ ਹੈ ਪਲਾਂਟ ਸ਼ੈਡੋ ਟ੍ਰੀ ਸ਼ੈਡਿੰਗ ਟ੍ਰੀ ਜੀ ਜੀ ਔਰ ਇਹ ਫਰੂਟਿੰਗ ਟ੍ਰੀ ਇਹ ਨੀਲ ਪੱਤੀ ਵਾਈ ਦੇ ਜੀ ਇਹ ਲੌਂਗ ਹੋ ਗਿਆ ਹਾਂਜੀ ਅੱਜ ਕਹਾਂ ਆਪਕੇ ਲੌਂਗ ਅੱਛੀ ਹੋ ਗਈ ਮੇ ਤੂੰ ਲੌਂਗ ਤੇ ਮੈਂ ਲਾਚੀ ਗਾਣਾ ਸੁਣਿਆ ਨਾ ਤੁਸੀਂ ਇਹ ਲੌਂਗ ਤੇ ਉਹ ਲਾਚੀ ਆ ਦੇਖੋ ਆ ਲੌਂਗ ਲੱਗ ਰਿਹਾ ਜੀ ਲੋਕ ਕਹਿੰਦੇ ਇੱਥੇ ਪੰਜਾਬ ਚ ਕੰਮ ਔਰ ਇਹ ਤਕਰੀਬਨ 2 ਮਹੀਨੇ ਪਹਿਲਾਂ ਆਪਣੇ ਕੋਲ ਆਇਆ ਸੀਗਾ ਲੌਂਗ ਇੱਥੇ ਬਣਿਆ ਇਹ ਪਿੱਛੇ ਛੋਟੀ ਲਾਚੀ ਪਈ ਹੈ ਤੇ ਆ ਦੇਖੋ ਹੁਣ ਆ ਲੋਕਾਟ ਹੈ ਜੀ ਇਹ ਲੋਕਾਟ ਪੀਲੇ ਰੰਗ ਵਾਲੀ ਆ ਦੇਖੋ ਫਰੂਟ ਆ ਰਿਹਾ ਜੀ ਇਹਨੂੰ ਇਹ ਕੈਸੇ ਆ ਦਿਖਾਓ ਫਰੂਟ ਆ ਦੇ ਨਿਕਲ ਰਹੀ ਹੈ ਇਹ ਫਰੂਟ ਹੈ ਕਿ ਉਸकी ਨਹੀਂ ਨਹੀਂ ਪੱਤੀਆਂ ਨਹੀਂ ਇਹਨਾਂ ਪੱਤੀਆਂ ਨਹੀਂ ਜੀ ਆ ਵਿੱਚ ਫਰੂਟ ਆ ਫਰੂਟਿੰਗ ਹੋ ਰਹੀ ਹੈ ਆ ਦੇਖੋ ਠੀਕ ਹੈ ਔਰ ਲੋਕਾਟ ਤੁਸੀਂ ਫਲ ਖਾ ਕੇ ਦੇਖਿਆ ਹੋਣਾ ਲੋਕਾਟ ਮੈਨੇ ਖਾਇਆ ਬਹੁਤ ਵਾਰ ਖਾਇਆ ਬਹੁਤ ਇਹ ਕਪੂਰ ਹੈ ਜੀ ਕਪੂਰ ਮੁਸ਼ ਕਪੂਰ ਜੀ ਜੀ ਠੀਕ ਹੈ ਇਹ ਪੁਰਾਣਾ ਪੱਤਾ ਹੋ ਗਿਆ ਜੀ ਜੀ ਇਹ ਵੀ ਕਪੂਰ ਕੀ ਇਹ ਆਮ 24-12 ਮਾਸਾ ਆਮ ਜੀ ਜੀ ਦੇਵ ਜੀ ਕਹਾਂ 12 ਨਹੀਂ ਜੀ ਇਹ 12 ਮਾਸੀ ਨਹੀਂ ਜੀ ਇਹ ਆਲ ਟਾਈਮ ਮੰਗੋ ਹੈ ਜੀ ਆਲ ਟਾਈਮ ਮਤਲਬ 12 ਮਹੀਨੇ ਕੇ 12 ਮਹੀਨੇ 30 ਦਿਨ 12 ਮਹੀਨੇ 30 ਦਿਨ 24 ਘੰਟਾ 7 ਜੀ 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 ਔਰ ਇਹਨੂੰ ਇੱਥੇ ਫਲ ਵੀ ਲੱਗਿਆ ਆਪਾਂ ਦਿਖਾਵਾਂਗੇ ਔਰ ਇਹ ਫਰੂਟਿੰਗ ਹੋ ਰਹੀ ਹੈ ਸਾਰੀ ਇਹਦੀ ਇਹ ਸ਼ਰਮੀਲੀ ਪੜੀ ਹੈ ਲਾਓ ਹਨਾ ਜੀ ਲਾਜਵੰਤੀ ਇਸ ਕੋ ਬੋਲਤੇ ਹੈ ਅੰਕਲ ਇਹਨੂੰ ਹੱਥ ਲਗਾਇਓ ਥੋੜਾ ਜਿਹਾ ਦੇਖੋ ਪ੍ਰਕਿਰਤੀ ਮੇ ਜਾਨ ਹੈ ਸਭ ਸੁਣਤੀ ਹੈ ਸਭ ਜਾਣਤੀ ਹੈ ਇਧਰ ਦੇਖਣਾ ਇਹ ਹੱਥ ਲਗਾਤੇ ਹੀ 1 ਮਿੰਟ ਮੇ ਇਹ ਸਭ ਬੁਝ ਜਾਏਗੀ ਹਨਾ ਜੀ ਆ ਦੇਖੋ ਇਸ ਕੋ ਸ਼ਰਮ ਆਤੀ ਹੈ ਕਿ ਮਰਦ ਜਾਤ ਕਾ ਆਦਮੀ ਕੋਈ ਵੀ ਹੱਥ ਲਗਾਏ
मन के चलो कोई भी पुलिंग अगे आ गई सेब अपने को ये देखो ये सो गया सारा है ना जी। ये देखो सो गया, इसका मतलब इसको मालूम है कि कोई आदमी मेरे साथ छेड़छाड़ कर रहा है। ये देखो कितनी शर्म करी इसने जी। सेब आ गया जी, सेब हुण कहंदे आ भी इत्थे सेब गर्मी च हिमाचल च हुंदा जी, और ये पूरा जिहड़ा इहनूं टैंपरेचर सैट करे 48 डिग्री तक काम जावे। अब सेब जी मैं बात तुसीं पंजाबी बोलोगे आपां हिंदी नहीं बोलनी। मैं एक गल कहां जी, हां पहले जिहड़ा पानी सी थल्ले दा खराब सी जी जी 45-50 फुट दा, हुण बोर हो गए डूंगे। कोई भी बूटा तुसीं लगा के देखो जी जी वो इत्थे चल जांदा है जी जी। सिर्फ पानी करके ही फसलां ते बूटे नहीं हुंदे सन अपने, हां जी अज तुसीं देखो कि चारों पासे ग्रीनिश है हर बूटा, जिन्हें भी किसी ने घर च लगाया है जी जी। लोगों के घर च किन्नू ने, निबू ने, अंब ने, तुसी निबू की गल करती है निबू वेरी गुड, किन्ने 2, 4, 6, 8, 10, 12, 14, 15, 18 निबू लगे ने, मान के चलो 1 किलो निबू है, ये निबू का बूटा 200 का है, 250 का तेनू निबू ही लगे होया जी जी जी, है ना जी। और इधर जी अपने को वड्डा भी है 600 रुपए का है, ओनू तो मान लो ओनू 800 ते निबू लगे हुए है। अमरूद शुभ चिंतक हुंदा और ये बांस का बूटा जी जी जी, और बीच में मछली घूम रही है। वेरी गुड यार कुलदेव राज जी, आपने बहुत बड़ा उपराला किया। ये तो इधर करना थोड़ा कैमरा इधर लियाओ, आंटी साढ़े नाल आए ने। आंटी जी ਤੁਹਾਨੂੰ ਨਰਸਰੀ ਚ ਆ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ? ਉੱਚੀ ਬੋਲੋ ਥੋੜਾ ਜਿਹਾ। ਬਹੁਤ ਵਧੀਆ ਹੋ ਰਿਹਾ ਹੈ, ਬਹੁਤ ਹੀ ਆਨੰਦ ਆ ਰਿਹਾ ਹੈ ਜੀ ਜੀ। ਇੰਨੀ ਸੁੰਦਰ ਨਰਸਰੀ ਹਮਨੇ ਤਾਂ ਦੇਖੀ ਨਹੀਂ ਜੀ ਜੀ ਜੀ, ਬਿਆਨ ਹੀ ਨਹੀਂ ਕੀਤਾ ਜਾ ਸਕਦਾ ਜੀ ਜੀ, ਇੰਨੀ ਸੁੰਦਰ ਨਰਸਰੀ। ਚਲੋ ਥੈਂਕ ਯੂ ਜੀ, ਸੋ ਤੁਸੀਂ ਵੀ ਆਓ ਜੀ ਇੱਕ ਵਾਰ ਵਿਜ਼ਿਟ ਕਰੋ। ਮੈਂ ਐਡਰੈਸ ਬੋਲ ਦਣਾ, ਵੈਸੇ ਉੱਤੋਂ ਫਲੈਸ਼ ਹੋ ਰਿਹਾ ਹੈ, ਸੁੰਦਰ ਸੁੰਦਰ ਬੂਟੇ ਲੈ ਕੇ ਜਾ ਰਹੀ ਹਾਂ ਜੀ ਜੀ। ਜਲਾਲਾਬਾਦ ਤੋਂ ਫਿਰੋਜ਼ਪੁਰ ਰੋਡ ਤੇ ਫੱਤੂ ਸਮੂਹ ਟਾਲੀਆਂ ਗੁਰਦੁਆਰਾ ਸਾਹਿਬ ਦੇ ਨਾਲ ਕੀਤੀ ਹੈ। ਆਓ ਜੀ ਆਪਣੇ ਪੇੜ ਰਹਿ ਗਏ ਜਿਹੜੇ ਅੰਕਲ, ਇਹ ਚੈਰੀ ਹੈ, ਚੈਰੀ ਦਾ ਪੇੜ ਆਪਣੇ ਕੋਲੇ चैरी है गर्मी च होनी नहीं, पर जो इन टेम्परेचर सैट करके बूटा तैयार किया जाता है, की नहीं हुंदा, सब कुछ हो सकता है, कटल है, एवरीथिंग इज पॉसिबल, कटल, अच्छा जी जी, वो जमानती बूटा बिल्कुल एमपी दे विच इहदे नाम ते जमानत लई जांदी है। छोटे बूचे अपने खुरमानी जी, खुरमानी उतले महीने भी शुरू हो जानी है अलग तो पावे इधर घुमा दो कैमरा हौली हौली घुमा सारे जिन्ने प्लांट है अपने को वो भी अवेलेबल है, जिन्ने भी प्लांट है हाई क्वालिटी दे और तुहानू गमले भी दिखाओ दे आ ते एक आ तो दिखाओ तुसी मैं ये अंकल जी
आलू बुखारा ते लूचा जिथो आप मशहूर हो। हाँ जी आलू बुखारा ते लूचा जी जी। और अपना यह पिंड पीर बाद चौहान जी भी लग्या होर कई पिंड भी और पहले साल ही फ्रूट चकता जी अपना। बलदेव जी सारे बूटे ना बड़े तंदुरुस्त ने जी जी। हाँ दूसरी नर्सरिया जाने इन्नी मतलब के ग्रीनिश नहीं होंगी जी जी। मैं भी तंदुरुस्त यह भी दसदा जी तंदुरुस्त क्यों है सब तो वड्डा भी बूटा आ कित्थों रहा है। हाँ जी तुसी खरीद की रहे हो। हाँ जहाजा वाले समान की दुकाना होर भी बहुत ने सिटिया पे जी विच कीड़ा पतंगा फिर हूं है तो लोहे साफ करने की लड़ नहीं पर थोड़ा समान चमकदा होंगे क्वालिटी होंगी है ये समझो ਸਿਆਣੇ ਕਹਿੰਦੇ ਜਦੋਂ ਮਾਲਕ ਜਿਹੜੇ ਨਵੇਸਲੇ ਹੋ ਜਾਣ ਨਾ ਬੇਫਿਕਰੇ ਫਿਰ ਜਿਹੜੇ ਨੌਕਰ ਉਹ ਚੋਰ ਬਣ ਜਾਂਦੇ। ਕੱਲ ਮੈਨੂੰ ਪੁੱਛ ਰਿਹਾ ਸੀ ਕਿ ਮਾਲੀ ਕੌਣ ਹੈ ਉੱਥੇ, ਮੈਂ ਕਿਹਾ ਉਹ ਖੁਦ ਹੀ ਮਾਲੀਆਂ ਵਰਗਾ ਹੈ, ਮਾਲੀਆਂ ਨਾਲੋਂ ਸਿਆਣਾ ਬੰਦਾ ਹੈ। ਬਿਲਕੁਲ ਬਿਲਕੁਲ ਆਪਾਂ ਨੂੰ ਸਾਰੀ ਨੌਲੇਜ ਹੈ ਜੀ। ਹਾਂ ਬਿਲਕੁਲ ਜੀ। ਔਰ ਇਹ ਲੂਚਾ ਔਰ ਆਲੂ ਬੁਖਾਰਾ ਇਹ ਇੱਕ ਸਾਥ ਅਸੀਂ ਇਕੱਠੇ ਲਵਾਉਂਦੇ ਆ ਔਰ ਪਹਿਲੇ ਸਾਲ ਦੀ ਜਿਹੜੀ ਇਹਦੀ ਹੈ ਫਰੂਟ ਦੀ ਫੁੱਲ ਗਰੰਟੀ ਹੋ ਜਾਂਦੀ ਜੀ ਜੀ। ਦੂਜੇ ਸਾਲ ਤਾਂ ਫਿਰ ਪੂਰਾ ਬਿਲਕੁਲ ਬਾਕੀ ਹੈ ਸਾਰਾ। ਉਧਰ ਆੜੂ ਪਿਆ ਜੀ ਆਪਣੇ ਕੋਲੇ, ਆੜੂ ਦੇ ਵਿੱਚ ਵੀ ਦੋ ਤਿੰਨ ਵਰਾਇਟੀਆਂ ਆਪਣੇ ਕੋਲ। ਚੀਕੂ ਪਿਆ, ਡਰੈਗਨ ਪਿਆ, ਆਹ ਇਹਦਾ ਡਰੈਗਨ ਆ ਗਿਆ ਜੀ ਆਪਣਾ ਉੱਤੇ। ਇਹ ਡਰੈਗਨ ਹੈ ਜੀ ਜਿਹੜਾ ਸਾਨੂੰ 400 ਰੁਪਏ ਕਿਲੋ ਬਾਜ਼ਾਰੋਂ ਮਿਲਦਾ ਹੈ। ਬਿਲਕੁਲ ਇਹ ਇਹਨਾਂ ਸਾਈਜ਼ ਤੁਹਾਨੂੰ ਪਤਾ ਬਹੁਤ ਵੱਡਾ ਸਾਈਜ਼ ਆਉਂਦਾ ਹੈ, ਬਿਗ ਸਾਈਜ਼ ਹੈ। ਬਾਕੀ ਕਿੰਨੂ ਪਿਆ, ਮੁਸੰਮੀ ਪਈ ਆ, ਮਾਲਟਾ ਪਿਆ, ਸਾਰਾ ਏ ਟੂ ਜ਼ੈਡ ਆਪਣੇ ਕੋਲ ਏ ਟੂ ਜ਼ੈਡ। ਕਿਉਂਕਿ ਵੀਡੀਓ ਲੰਬੀ ਹੋ ਰਹੀ ਆ ਆਪਾਂ ਦਿਖਾ ਨਹੀਂ ਸਕਦੇ, ਤੁਸੀਂ ਵਿਜ਼ਿਟ ਕਰੋ। ਆਹ ਦੇਖੋ ਹੁਣ ਮੁਸੰਮੀਆਂ ਛੋਟੀ ਛੋਟੀ ਲੱਗੀਆਂ ਪਈਆਂ, ਆਹ ਦੇਖੋ ਕੱਕੇ ਦਿਖਾਓ ਨੇੜੇ ਕਰਕੇ। ਸੋ ਮੁਸੰਮੀਆਂ ਦੇਖੋ ਜੀ, ਛੋਟੇ ਛੋਟੇ ਬੂਟਿਆਂ ਨੂੰ ਮੁਸੰਮੀਆਂ ਦੇ ਨਾਲ ਭਰੇ ਪਿਆ। ਪਹਿਲੀ ਵਾਰੀ ਹੈ ਇਹ ਦੇਵ ਗ੍ਰੀਨ ਲੈਂਡ ਨਰਸਰੀ ਦੇ ਵਿੱਚ ਹੈ, ਕਿਉਂਕਿ ਇਹ ਆਪਣਾ ਉੱਥੋਂ ਆਇਆ ਜੀ ਆਪਣੇ ਜਿੱਥੇ ਸੰਤਰਾ ਤਿਆਰ ਹੁੰਦਾ ਨਾਗਪੁਰ। ਨਾਗਪੁਰ ਦਾ ਇਹ ਨਾਗਪੁਰੀ ਮੁਸੰਮੀ ਹੈ ਜੀ। ਨਾਗਪੁਰ ਮੇਰੇ ਮਿੱਤਰ ਰਹਿੰਦੇ, ਮੈਨੂੰ ਸੰਤਰਾ ਭੇਜਦੇ ਰਹਿੰਦੇ ਜੀ ਜੀ ਜੀ। ਹਾਂ ਜੀ ਮਤਲਬ ਇੱਥੇ ਲੋਕਲ ਫਰੂਟ ਕੋਈ ਨਹੀਂ ਗਾ, ਤੁਸੀਂ ਬਾਗ ਲਾਉਣਾ ਤਾਂ ਵੀ ਇੱਕ ਫਰੂਟ ਲੈਣਾ ਤਾਂ ਵੀ ਆਓ ਸਾਡੇ ਕੋਲ। ਤੁਹਾਡੀ ਸੈਟਅਪ ਬੜੀ ਵਧੀਆ ਜੀ, ਵੇਖੋ ਵਿੱਚੋਂ ਰਸਤਾ ਛੋੜਿਆ ਹੋਇਆ। ਬਿਲਕੁਲ ਜੀ ਬਿਲਕੁਲ, ਹਰੇਕ ਚੀਜ਼ ਨੂੰ ਮਤਲਬ ਬੂਟਾ ਲੈਣਾ ਨਾ ਲੈਣਾ ਗੱਲ ਵੱਖਰੀ ਹੈ। ਇੱਕ ਵਾਰ ਬੰਦਾ ਆ ਗਿਆ ਨਾ ਮੈਂ ਕਹਿੰਦਾ ਵੀ ਨਜ਼ਰ ਵਾਲੀ ਆਣ ਉੱਪਰ ਦੇ ਦਿਓ, ਉਹ ਚੀਜ਼ ਹੈ ਹੁਣ ਤੁਹਾਨੂੰ ਆਪਾਂ ਦਿਖਾਉਣੇ ਜੀ। ਉੱਧਰ ਆਪਣੇ ਜਿਹੜੇ ਗਮਲਾ ਤੇ ਗਮਲਾ ਸਟੈਂਡ ਆਏ ਨੇ, ਤੁਸੀਂ ਵੇਖ ਕੇ ਹੈਰਾਨ ਹੋ ਜਾਓਗੇ। ਆਓ ਫਲਾਵਰ ਪਾਰਟਸ, ਫਲਾਵਰ ਹਾਂਜੀ ਅੰਕਲ ਜੀ, ਇੱਕ ਵਾਰ ਦੱਸਿਓ ਗਮਲੇ ਦੇ ਕੇ ਕਿਵੇਂ ਲੱਗਿਆ? ਵੈਰੀ ਅਟਰੈਕਟਿਵ ਠੰਡਾ ਰੱਖਦਾ। ਆਹ ਵੇਖੋ ਇਹ ਹੁਣ ਇਹਦੇ ਚ ਮੈਂ ਦਿਖਾਉਣਾ ਤੁਹਾਨੂੰ ਕੀ ਹੈ, ਇਹ ਵੀ ਆਪਾਂ ਕੰਪਨੀ ਸੇਲ ਕਰ ਰਹੇ ਹਾਂ। ਆਹ ਦੇਖੋ ਉਪਰੋਂ ਪੋਰਟ ਹੈਗਾ ਘੱਟ ਘੱਟ 6 ਇੰਚੀ, ਥੱਲੋ ਆ ਗਿਆ 3 ਇੰਚੀ ਪਾਣੀ ਵਾਸਤੇ। ਇਥੋਂ ਜੜ ਥੱਲੇ ਇੰਨੇ ਚ ਵੱਧਦੀ ਨੀ ਗੀ। ਹੁਣ ਇਹਦਾ ਕੀ ਕੀਤਾ? ਆਹ ਦੇਖੋ ਇਹ ਗਮਲਾ ਚੱਕਦਾ ਮੈਂ, ਜਿੰਨਾ ਉਪਰੋਂ ਆ ਗਮਲਾ ਓਨਾ ਥੱਲੇ ਆ, ਯਾਨੀ ਕਿ ਥੱਲੋਂ ਜਾ ਕੇ ਐ ਨੀ ਵੀ ਸ਼ੇਪ ਨੂੰ ਹੋਊਗਾ, ਯਾਨੀ ਕਿ ਜਿੱਥੇ ਵੀ ਲਾਓਗੇ ਪਲਾਂਟ ਉਹਦੀ ਜੜ ਖੁੱਲੇ ਚੱਲੇਗੀ। ਔਰ ਮੋਟਾਈ ਤੁਸੀਂ ਦੇਖ ਲਓ, ਇਹ ਸਭ ਥੱਲੇ ਵਾਲਾ ਮਾਡਲ ਹੈ। ਹਾਂਜੀ ਹਾਂਜੀ ਜੀ ਜੀ ਹਾਂਜੀ, ਫੁੱਲ ਹੈਵੀ ਹੈ ਜੀ ਔਰ ਪੂਰੇ ਬਿਲਟੀ ਇਹਦੀ ਤਾਂ ਬਹੁਤ ਜ਼ਿਆਦਾ। ਮੈਂ ਕਹਿੰਦਾ ਜੀ ਲਾਈਫ ਟਾਈਮ ਇਹਦੀ ਜਿਹੜੀ ਪੂਰੀ ਗਰੰਟੀ ਹੈ। ਬਹੁਤ ਸੁੰਦਰ ਔਰ ਦੇਖੋ ਇੱਕ ਬੜੇ ਹਾਈ ਕੁਆਲਿਟੀ ਦੇ ਤੁਹਾਡੇ। ਔਰ ਹੁਣ ਇਹ ਵੀਰ ਜੀ ਫੇਰ ਪੁੱਛਣਗੇ ਰੇਟ ਕੀ ਹੈ। ਇਹ ਗਮਲਾ ਤਕਰੀਬਨ 300 ਰੁਪਏ ਸ਼ੁਰੂ ਹੈ ਜੀ। ਉਹ ਦੇਖੋ ਜੀ ਤੁਹਾਡੀ ਮਰਜ਼ੀ ਹੈ ਜੀ। ਬਲਦੇਵ ਜੀ ਜੀ ਜੀ, ਜੇ 20-30-50 ਲੱਖ ਦੀ ਕੋਠੀ ਪਾਉਣੇ ਆ, ਕਿੰਨਾ ਪੈਸਾ ਲਗਾਉਣੇ ਆ? ਓਏ ਓਏ, ਔਰ ਇਹ ਤਾਂ ਸ਼ਾਈਨਿੰਗ ਵਾਸਤੇ ਆਪਾਂ 100-200-400 ਰੁਪਏ ਤੋਂ ਕਿਸੇ ਬੰਦੇ ਵਾਸਤੇ ਕੋਈ ਗੱਲ ਹੋਣੀ ਨਹੀਂ ਚਾਹੀਦੀ। ਸੋ ਮੈਂ ਕਹਿੰਦਾ ਵੀ ਇੱਕ ਹੋਰ ਅੰਕਲ ਜੀ ਗੱਲ ਦੇ ਵਿੱਚ, ਜਿਹੜਾ ਡਿਜ਼ਾਈਨ ਹੈ ਦੋ ਗਮਲਿਆਂ ਦੇ ਬਾਅਦ ਡਿਜ਼ਾਈਨ ਚੇਂਜ ਹੋ ਜਾਂਦਾ ਹੈ। ਡਿਜ਼ਾਈਨ ਹੈ ਹਾਂ, ਔਰ ਅਲੱਗ ਅਲੱਗ ਦੇਖੋ ਜੇ ਆਪਣੇ ਕੋਲ 300 ਗਮਲਾ ਪਿਆ ਨੇ ਜੀ, 300 ਗਮਲੇ ਦੇ ਵਿੱਚ
कलाकृति है जी चक नहीं होता कदम ऊंचाई दे और जिन्ना उपरों है उन्हें नीचे है लंबे समय तक बूटा है मैं कहना जी जेड़ा मत तुसी अंब तक के विच ला दियो जी जी कोई परेशानी नहीं होगी वधिया होगा बहुत अच्छा जी जी आप देखो फ्लावर पॉट्स कितने सुंदर ने वाह यार बलदेव दास इत्थों लेके आए हो ये बस आई जा ओही चीज ढूंढ रहे हैं आपा एदे विच तुसी ना शर्मीली दा बूटा लगाना है एदे विच ओके ताकि पता लग जाए कि मर्द इज नॉट ओ की कहंदे ने कि इजाजत नहीं उन्हें हाथ से छूना कलर देखो जी किन्ने प्यारे प्यारे कलर और ये वो वाले गमले नहीं जितने तो बड़े टूट जाते हैं ये आज चीज़ दे बच्चा फ्लेक्सिबिलिटी हाई क्वालिटी हाँ जी हाई क्वालिटी है नंबर वन क्वालिटी ये तो असी डेमो भी लाया है लोग कहते प्लास्टिक गमले च गमले तुहाडे हैंगिंग जी जी ये ये भी हैंगिंग वाले है ये ऊपर जिवें संगली लगदी है हैंगिंग फ्लावर पॉट्स है ना जी सिर्फ 120 जिड्डा मर्जी प्लांट लाओ आ देखो आ चीज है टुटूगा नहीं प्लास्टिक दे गमले च प्लांट नहीं चलदा एक अपने को पिछे पिया और उपर फ्रूट आना भी चालू हो गया लोकां ने एक दूसरे फलाना हुंदा नहीं नहीं मैं दसदा कारण है उहदे च फर्स्ट क्वालिटी च लाओगे बूटा चलूगा हाई क्वालिटी जी जी जे तुसी बचे खुजे तो जिहड़ा लिया चीज बनी हुई ਉਹ ਫੰਗਸ ਪੈ ਜੂ ਜਿਹੜਾ ਖਤਮ ਹੋ ਜਾਣਗੀਆਂ ਅਸੀਂ ਤਾਂ ਕਰਕੇ ਤਿੰਨ ਅਮਰੂਦ ਛੋਟੇ ਗਮਲੇ ਚ ਲਾ ਰੱਖੇ 12 ਇੰਚੀ ਚ ਔਰ ਫਰੂਟ ਵੀ ਉੱਪਰ ਆ ਰਿਹਾ ਤੁਸੀਂ ਦੇਖ ਲਿਆ ਇਹ ਨਸਲ ਕਿਹੜੀ ਦਾ ਹੈ ਜੀ ਇਹ ਤਾਈਵਾਨ ਪਿੰਕ ਹੈ ਜੀ ਤਾਈਵਾਨ ਜੀ 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 ਤਾਈਵਾਨ ਦੀ ਹਰ ਇਹਦੇ ਵਿੱਚ ਤਾਈਵਾਨ ਪਿੰਕ ਮਿਲ ਜੂਗਾ ਰੈੱਡ ਡਾਇਮੰਡ ਮਿਲ ਜੂਗਾ ਆਪਣੇ ਕੋਲ ਐਪਲ ਕ੍ਰਾਸ ਮਿਲ ਜੂਗਾ ਬਨ ਕੇ ਜੀ ਮਤਲਬ ਬਹੁਤ ਸਾਰੀਆਂ ਆਪਣੇ ਕੋਲ ਨਸਲਾਂ ਅਮਰੂਦ ਵਿੱਚ ਵੀ ਹੈਗੀਆਂ ਹਰ ਨਸਲ ਹੈ ਅਮਰੂਦ ਜੀ 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 ਇੱਥੇ ਚੱਲਣ ਵਾਲੇ ਜੀ ਜੀ ਆਪਣੇ ਏਰੀਆ ਵਿੱਚ ਆਓ ਇੱਧਰ ਬੜਾ ਸਟੈਂਡ ਸਾਰੇ ਪਏ ਨੇ ਆਓ ਇੱਥੇ ਆ ਦੇਖੋ ਆ ਸਾਰਾ A to Z ਤੁਹਾਨੂੰ ਸਾਰਾ ਹੀ ਮਿਲ ਜੂਗਾ ਤੁਹਾਡੇ ਬਰਾਤੇ ਆ ਕੀ ਚੱਲ ਰਿਹਾ ਪਿਛਲੀ ਵਾਰੀ ਵੀ ਮੈਂ ਉਹਦੇ ਵਾਰੀ ਵੀ ਆਇਆ ਸੀ ਤੇ ਲਗਭਗ ਮਹੀਨਾ ਇਹ ਜੀ ਮੈਂ ਸਮਝਦਾ ਵੀ ਲੰਗਰ ਚੱਲ ਰਿਹਾ ਇਹ ਸਾਰਾ ਇੱਥੋਂ ਹੀ ਕਿਰਪਾ ਹੋਈ ਹੈ ਅੱਛਾ ਅੱਛਾ ਇਹ ਆਪਣੀ NGO ਜੀ ਕਰੋ ਆਸਰਾ NGO ਅੱਛਾ ਕਰੋ ਆਸਰਾ ਸਮਾਜ ਸੇਵੀ ਸੰਸਥਾ ਹੈ ਸਮਾਜ ਸੇਵੀ ਸੰਸਥਾ ਹੈ ਤੁਹਾਡੀ ਕੋਈ ਇਹ ਸਾਡੇ ਕਰਨੈਲ ਵੀਰ ਜੀ ਮੇਰੇ ਤੋਂ ਬਾਅਦ ਮੈਂ ਕਹਾਂ ਤਾਂ ਇਹ ਸਾਰਾ ਸੰਭਾਲ ਰਹੇ ਸੇਵਾਦਾਰ ਨੇ ਜੀ ਜੀ ਇਹ ਦੇਖੋ ਹੁਣ ਇਹ ਕਹਿੰਦੇ ਨਾ ਵੀ ਸਵਾਦ ਆ ਬੰਦੇ ਨੂੰ ਇੱਕ ਲੱਗ ਜਾਣਾ ਜੀ ਕਰੋ ਆਸਰਾ ਜੀ ਕਰੋ ਆਸਰਾ ਮਤਲਬ ਕਿ ਕੁਛ ਵੀ ਆਸਰਾ ਕਰੋ ਨਾ ਹੀ ਰੱਖਿਆ ਜੀ ਸਮੇਂ ਸਿਰ ਕੋਈ ਨਾ ਕੋਈ ਚੀਜ਼ਾਂ ਪ੍ਰਦਾਨ ਕਰਦੇ ਰਹਿਣਾ ਇਹ ਏਦਾਂ ਜੀ ਸਾਡਾ ਜਿਹੜਾ ਇਹ ਲੰਗਰ ਹੈ
जिथे कोई दवाई ना काम करे उसे जिम्मेवारी भी है उपराला बड़ी सुचजे ढंग और मैं परमात्मा के दुआ करता एहोजे सज्जन एहोजे काम कर लोग जेडे अपने बच्चे भी काम ते लगन नशियां तो भी पिछे हटन और अच्छे अच्छे काम करन तो हरेक घर आपां बूटा लगवाना है जी जी। किसे नूं भावे प्रेज करके कहिए किसे नूं जैसे मर्जी सस्ते तो सस्ता भी दे के उहदे घरे आपां एक एक बूटा लगाउणा है जी जी बिल्कुल ठीक है। उत्थों नूं मैं दसदा भी अपना चाहे फ्रूट है जे सजावटी जे अपना 10 रुपए तो पेड़ स्टार्ट है कोई उदां दे भी आउंदा तां ओ जी ते जे मेरे घर सुंदर बूटे लगे होणगे मेरा पड़ोसी या मेरा रिश्तेदार आएगा नेचुरली ओदे ते प्रभाव पएगा जी जी बिल्कुल। मैं ओही गल करदा वी कोई भी बंदा किसी भी तरह का प्लांट लैना चाहुंदा है जां इह साडी संस्था जिवें चल रही है किसी का शौक है मैं बूटे लाने हैं पर ओदे कोल ओदी जेब नहीं अफोर्ड कर रही तो कोई गल नहीं असीं ओदे नाल भी अगरी ओदे नाल भी तुसीं सहायता करोगे बिल्कुल जी बिल्कुल ठीक है जी ठीक है। बहुत बहुत धन्यवाद है तुहाडा किन्ना सोहना तेनू रब ने बनाया चित करे वेखदा रवां वाह क्या बात है किस ढंग नाल ओने एक एक पत्ती अलग अलग कर रखी है जलालाबाद तो फिरोजपुर रोड से गुरद्वारा साहब फत्तू समूह टालियाँ टाला साहब भी कहें है और तुहानू हरेक जी आइटम इतने साढ़े को मिलेगी गमला लैना स्टैंड लैने है जो इधर सारा पिछे जिन्ना फ्रूट लैना है कोई भी सजावटी बूटा चाहिए तो तुम एक बार साढ़े को विजिट जरूर करो। सो अंकल जी का आंटी जी का बहुत बहुत धन्यवाद मेहरबानी शुक्रिया अगे बढ़ते रहो ਨਵੇਂ ਰਾਵਾਂ ਤੇ ਲੋਕਾਂ ਨੂੰ ਲੈ ਕੇ ਚੱਲਦੇ ਰਹੋ ਠੀਕ ਹੈ ਜੀ ਧੰਨਵਾਦ। ਇੱਕ ਬੰਦ ਕਰ ਉਪਰਾਲਾ ਕੀਤਾ ਹੈ ਯਾਰ ਆਪਾਂ ਇਹਨੂੰ ਹੁਲਾਰਾ ਦੇਖੀਏ ਉਹਦਾ ਉਪਰਾਲਾ ਕਰਦੇ ਹਾਂ 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 ਹਾਂਜੀ ਆ ਲਓ ਇਹ ਪਹਿਲੇ ਨੰਬਰ ਆਪਾਂ ਲਾਉਂਗੇ ਜੀ ਹਜ਼ੂਰ ਬਲਦੇਵ ਰਾਜ ਜੀ ਹਾਂਜੀ 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 ਮੈਂ ਦੇਖਿਆ ਕਿ ਦੇਵ ਗ੍ਰੀਨ ਲੈਂਡ ਫਰੂਟ ਨਰਸਰੀ ਜੀ ਜੀ ਇੱਥੇ ਹਰ ਤਰ੍ਹਾਂ ਦਾ बूटा पिया है शाइनिंग प्लांट है शेडो प्लांट है जी और फ्रूट वाले प्लांट्स ने जी 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 ये उपराला तुसी बड़ा वधिया कीता है मैं तुहानू एक उद्यम करता दीआं लाइनां दे विच लिख देंगा कि उद्यम करता एंटरप्राइजर जी जी कौन हुंदे ने जिहड़े सुबह सुबह उठ के घरों दूर चले जाते हैं अपना शहर अपना स्टेट छड़ के बाहरों अच्छिया अच्छिया चीज़ा ढोड़ के लिया के इलाके प्रदान करते हैं उन्होंने मैं लिख रहा कि बलदेव राज जी एक एंटरप्राइजर है और ये हर तरह का बाहर का प्लांट है जिमें कलकत्ता का है लखनऊ वाला है लंजा है मैंगो है नर्सरी कित्थों मिलेगी बूटे अगे लोग जांदे सन एक बूटा मंगदे सन उत्थों बाहरों ते महंगा मिलदा सी हुण तुसीं इत्थे ही चीज की पहुंच जिहड़ी है उही उन्नति दा प्रतीक है अज इत्थे बूटियां दी पहुंच है। मेरी कोशिश है कि हर बंदा एक एक बूटा ते जरूर लगावे उन्हें शौक पैदा होएगा प्रकृति नाल प्यार करेगा उन्हें अच्छी हवा मिलेगी उहदी सुंदरता नूं वेखेगा बच्चे भी अगर इस लीह ते तुरनगे एक तुसीं एक नवीं लीह पाई है और मैं हरेक आदमी नूं किसी भी जाति दा
ਜਿਹੜਾ ਪਹੁੰਚ ਵਿੱਚ ਨਹੀਂ ਰੱਖਦਾ ਵੀ ਬੂਟੇ ਲਾਉਣ ਦਾ ਉਹ ਸ਼ੌਂਕ ਰੱਖਦਾ ਪਰ ਪਹੁੰਚ ਨਹੀਂ ਉਹਦੀ ਆਪਾਂ ਉਹਦਾ ਵੀ ਕਰਕੇ ਥੋੜ੍ਹਾ ਸਹਾਇਤਾ ਕਰਨੀ ਹੈ ਉਸ ਨੂੰ ਉਸ ਢੰਗ ਦਾ ਬੂਟਾ ਕਲਮ ਦੇ ਦੇਣੀ ਹੈ ਕਿ ਤੂੰ ਵੀ ਲਿਜਾ ਕੇ ਲਗਾ ਦੇ ਔਰ ਸਾਰਿਆਂ ਦੇ ਘਰਾਂ ਵਿੱਚ ਸਾਰਿਆਂ ਦੇ ਖੇਤਾਂ ਵਿੱਚ ਕਮ ਸੇ ਕਮ ਇੱਕ ਇੱਕ ਦੋ ਦੋ ਚਾਰ ਚਾਰ ਜਿੰਨਾ ਅਫੋਰਡ ਕਰ ਸਕਦਾ ਉਹ ਬੂਟੇ ਲਗਾਉਣੇ ਬਹੁਤ ਜ਼ਰੂਰੀ ਨੇ ਜੀ ਤੋ ਸਭ ਨੂੰ ਮੈਂ ਇੱਕ ਕਰਾਂਗਾ ਪ੍ਰੇਸ ਕਰਾਂਗਾ ਕਿ ਹਰੇਕ ਆਦਮੀ ਆਵੇ ਔਰ ਇੱਥੇ ਵਿਜ਼ਿਟ ਕਰੇ ਔਰ ਬੂਟਾ ਜਿਹੜਾ ਹੈ ਆਪਣੇ ਲੋੜ ਅਨੁਸਾਰ ਉਹ ਲੈ ਜਾਵੇ ਹੈ ਨਾ ਜੀ ਤਾਂ ਵੇਖੋ ਪੈਸੇ ਦੀ ਤਾਂ ਕਿਸੇ ਨੂੰ ਕੋਈ ਕਮੀ ਨਹੀਂ ਹੁੰਦੀ ਹੈ ਤੁਸੀਂ ਉਪਰਾਲਾ ਕੀਤਾ ਹੁਣ ਕੋਈ ਮੈਂ ਵੇਖ ਰਿਹਾ ਤੁਹਾਡਾ ਪਿਛੋਕੜ ਬਹੁਤ ਅੱਛਾ ਹੈ ਜੀ ਜੀ ਪਰ ਇਹ ਤੁਸੀਂ ਬੜੀ ਖੁਸ਼ੀ ਹੋਈ ਹੈ ਕਿ ਉਪਰਾਲਾ ਕੀਤਾ ਨਹੀਂ ਇੰਨਾ ਵੱਡਾ ਅਡੰਬਰ ਕਰਨਾ ਇਹ ਇੱਕ ਲਗਨ ਹੈ ਇੱਕ ਮਿਹਨਤ ਹੈ ਤੋ ਪਰਮਾਤਮਾ ਤੁਹਾਨੂੰ ਚਾਰ ਚੰਦ ਲਗਾਏਗਾ ਐਂਟਰਪ੍ਰਾਈਜ਼ਰ ਦੇ ਵਿੱਚ ਤੁਹਾਡਾ ਨਾਮ ਲਿਖਿਆ ਗਿਆ ਅੱਜ ਤੋਂ ਠੀਕ ਹੈ ਜੀ ਥੈਂਕ ਯੂ ਠੀਕ ਹੈ ਬਲੈਸ ਯੂ ਠੀਕ ਹੈ ਓਕੇ